सरपंची चोणां दा अखाड़ा भखिया, हर कोई अपनी किस्मत आजमाउण लई अखाड़े विच उतर गया। पिंड फरवाही तो सरपंच दी चोण लड़ रहे ने पढ़े लिखे अंथक मेहनती सब दे दुख सुख विच शरीक होण वाले डॉक्टर जग्गा सिंह, जिन्हां दा चोण निशान है बाल्टी। पिंड दे लोकां वालों इन्हां नूं पूरा सहयोग दिता जा रहा है। उत्थे ही साडे मीडिया नाल गल करदे होए डॉक्टर जी वालों कहा गया कि जेकर मैं सरपंची चोणां जित के सरपंच बन गया तां पिंड दे सारे काम पहल दे आधार ते करावांगा। पिंड विच स्कूल, वधिया ग्राउंड, बुजुर्गां नूं हर प्रकार दी सहूलत उपलब्ध करावांगा। मेरा नाम जगशीर सिंह जी। चलो किसी कारण भी हार गए जिहड़ी चोण दुबारे फिर भरे कागज अधूरे पे काम स्टेडियम ग्राउंड लेवल बच्चे ने खेडन वास्ते ग्राउंड ने अपग्रेड होने वाले ने मतलब जिन्या भी अधूरिया चीजा ने मैं जीवन दा जरूरी अंग मैं पहला भी कई बार इंटरव्यू ते मैं उन्हां च भी किया गा भी जिहड़ा मतलब की हेल्थ आ गई उन्हूं बरकरार रखण वास्ते जिहड़े नशे ने असीं उन्हां दी रोकथाम वास्ते ਜਿਹੜੇ ਮਤਲਬ ਕਿ ਵੀ ਅਸੀਂ ਜਿਵੇਂ ਕਹਿੰਦੇ ਵੀ ਨੌਜਵਾਨ ਪੀੜ੍ਹੀ ਹੈਗੀ ਨਸ਼ਿਆਂ ਦੀ ਦਲਦਲ ਦੇ ਵਿੱਚ ਧਸੀ ਪਈ ਹੈਗੀ ਅਸੀਂ ਉਹਨਾਂ ਨੂੰ ਮਤਲਬ ਕਿ ਵੀ ਜਿਵੇਂ ਪਲੇ ਗਰਾਊਂਡ ਨੇਗੇ ਸਰਕਾਰ ਤੋਂ ਅਸੀਂ ਮੰਗ ਕਰਾਂਗੇ ਅਤੇ ਵੀ ਜਿੰਨਾ ਵੀ ਸਾਤੋਂ ਹੋ ਸਕਦਾ ਅਸੀਂ ਪਿੰਡ ਦੇ ਸੁਧਾਰ ਵਾਸਤੇ ਜਿੱਧਰ ਯੂਥ ਹੋ ਜਾਏ ਉੱਧਰ ਜਿੱਤ ਲਗਭਗ ਪੱਕੀ ਹੁੰਦੀ ਆ ਕੀ ਕਹਿਣਾ ਚਾਹੋਗੇ ਜੱਗੇ ਜੀ ਬਹੁਤ ਵਧੀਆ ਇਨਸਾਨ ਨੇ ਜੀ ਤੇ ਜਿਵੇਂ ਉਹਨੂੰ ਦੇਖਣ ਨੂੰ ਮਿਲਦਾ ਕਿ ਆਪਣੇ ਪਹਿਲੇ ਜਿਹੜੇ ਪੰਚ ਸਰਪੰਚ ਸੀਗੇ ਸਾਰੇ ਤੇ ਆਪਣੇ ਪਿੰਡ ਚ ਵਿਕਾਸ ਨਹੀਂ ਹੋਇਆ ਜੀ ਕਈ ਚੀਜ਼ ਵਿਕਾਸ ਹੋਇਆ ਜਿਹਨਾਂ ਚ ਮਤਲਬ ਕਿ ਹੋਣਾ ਸੀ ਉਹਨਾਂ ਚ ਨਹੀਂ ਹੋਇਆ ਹੈਗਾ ਜਿਵੇਂ ਟੋਭੇ ਬਣ ਗਏ ਕਿਉਂਕਿ ਯੂਥ ਨੂੰ ਵਿੱਚ ਕੋਈ ਫਾਇਦਾ ਨਹੀਂ ਹੋਇਆ ਹੈਗਾ ਯੂਥ ਵਾਸਤੇ ਸਟੇਡੀਅਮ ਹੋਵੇ ਜਿਹੜਾ ਯੂਥ ਅੱਜ ਨਸ਼ਿਆ ਕਰ ਨਹੀਂ ਜਾਂਦਾ ਗਾ ਤੇ ਉਹ ਯੂਥ ਮਤਲਬ ਖੇਡਾਂ ਚ ਨਹੀਂ ਐਕਟਿਵ ਹੋਵੇ ਜੇ ਹੁਣ ਆਪਾਂ ਦੇਖਿਆ ਓਲੰਪਿਕ ਦੇ ਵਿੱਚ ਤੇ ਮਨੂ ਭਾਕਰ ਵੀ ਸ਼ੂਟਿੰਗ ਵਿੱਚ ਮੈਡਲ ਲੈ ਕੇ ਆਏ ਨੇ ਜਾਂ ਹੋਰ ਮੈਡਲ ਜਾਂਦੇ ਨੇ ਬਰਨਾਲਾ ਜ਼ਿਲ੍ਹੇ ਤੋਂ ਕੋਈ ਬੰਦਾ ਨਹੀਂ ਮਤਲਬ ਕੋਈ ਜਵਾਕ ਨਹੀਂ ਯੂਥ ਨਹੀਂ ਹੈਗਾ ਜਿਹੜਾ ਮਤਲਬ ਕਿ ਮੈਡਲ ਲੈ ਕੇ ਆਵੇ ਤੇ ਉਹਦੇ ਵਾਸਤੇ ਸਾਨੂੰ ਸਪੋਰਟਸ ਵਾਸਤੇ ਅਟਰੈਕਸ਼ਨ ਕਰਨ ਵਾਸਤੇ ਇਹਨਾਂ ਦੀ ਬਹੁਤ ਸਪੋਰਟ ਦੀ ਲੋੜ ਹੈ ਕਿ ਹਾਂਜੀ ਜਿਹੜਾ ਤੁਹਾਡਾ ਪਿੰਡ ਦਾ ਯੂਥ ਹੈ ਲਗਭਗ ਇੱਧਰ ਸਮਰਥਨ ਦਾ ਜਿਹੜਾ ਤੁਹਾਡਾ ਪਿੰਡ ਦਾ ਯੂਥ ਹੈ ਉਹ ਲਗਭਗ ਸਮਰਥਨ ਸਾਰਾ ਜੱਗਾ ਨੂੰ ਦੇ ਰਿਹਾ ਹਾਂਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਤੁਹਾਡੇ ਪ੍ਰਵਾਹੀ ਪਿੰਡ ਦੇ ਵਿੱਚ ਡਾਕਟਰ ਜੱਗਾ ਸਿੰਘ ਇਲੈਕਸ਼ਨ ਲੜ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਕੀ ਹੈ ਜੀ ਉਹਨਾਂ ਦੀ ਫਿਤਰਤਾ ਕਿਹੋ ਜਿਹਾ ਪਿੰਡ ਦੇ ਵਿੱਚ ਉਹਨਾਂ ਦਾ ਮਿਲ ਵਰਤਣਾ ਕੀ ਕਹਿਣਾ ਚਾਹੋਗੇ ਉਹ ਹੈਲਥ ਦੇ ਕਿੱਤੇ ਨਾਲ ਸੰਬੰਧਿਤ ਨੇ ਤੁਹਾਨੂੰ ਪਤਾ ਹੀ ਹੈ ਤਾਂ ਸਾਰਾ ਇਹਦੇ ਕਰਕੇ ਨਾ ਉਹਨਾਂ ਦਾ ਸਾਰਿਆਂ ਨਾਲ ਮੇਰੇ ਮੇਲ ਮਿਲਾਪ ਹੈ ਔਰ ਵਧੀਆ ਇਨਸਾਨ ਹੈ ਮਤਲਬ ਕਿਸੇ ਕਿਸਮ ਦੀ ਕੋਈ ਵੀ ਉਹ ਨਹੀਂ ਹੈ ਉਹਨਾਂ ਦੀ ਕਿਸੇ ਦੀ ਨਾਲ ਨਾ ਕੋਈ ਲਾਗ ਡਾਟ ਜਾਂ ਕੋਈ ਹੋਰ ਪਾਰਟੀਬਾਜ਼ੀ ਨਾਲ ਕੋਈ ਏਦਾਂ ਦਾ ਉਹ ਨਹੀਂ ਰੱਖਦੇ ਇਸੇ ਬੇਸ ਤੇ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਜੀ ਹਾਂ ਮੈਂ ਜਰਨਲ ਉਸ ਨਾਲ ਸੰਬੰਧਿਤ ਕਰਦਾ ਜੱਟ ਸਿੱਖ ਫੈਮਿਲੀ ਨਾਲ ਉਹ ਕਰਦਾ ਅਸੀਂ ਫਿਰ ਵੀ ਚਾਹੁੰਦੇ ਹਾਂ ਵੀ ਰਿਜ਼ਰਵੇਸ਼ਨ ਵਾਲੇ ਬੰਦੇ ਜਰਨਲ 'ਚ ਲੜ ਕੇ ਵੀ ਇਸ ਵਾਰ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਜਿਹੜੇ ਅਧੂਰੇ ਪਏ ਕੰਮ ਨੇ ਜਿਹੜੇ ਪਹਿਲਾਂ ਵਾਲੀਆਂ ਪੰਚਾਇਤਾਂ ਤੋਂ ਰਹਿ ਗਏ ਅਸੀਂ ਇਹ ਨਹੀਂ ਕਹਿੰਦੇ ਵੀ ਪਹਿਲਾਂ ਕਿਸੇ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਬਿਲਕੁਲ ਉਹ ਕੰਮ ਕਰਦੇ ਰਹੇ ਹਾਂ ਜਿਹੜੇ ਅਧੂਰੇ ਕੰਮ ਨੇ ਉਹ ਰਹਿ ਗਏ ਨੇ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਹਲੇ ਕੰਮ ਹੋਣਾ ਰਹਿੰਦਾ ਪਾਣੀ ਦਾ ਸਾਡਾ ਨਿਕਾਸ ਹੈ ਪ੍ਰਵਾਹੀ ਨੂੰ ਨਾ ਪਾਣੀ ਦੀ ਇੱਕ ਸਮੱਸਿਆ ਹੈ ਇੱਥੋਂ ਦਾ ਪਾਣੀ ਪੂਰੀ ਤਰ੍ਹਾਂ ਨਾਲ ਕਿਸੇ ਪਾਸੇ ਨਿਕਲਦਾ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਸਾਰਾ ਤੋਂ ਮਸਲਾ ਹੱਲ ਹੋ ਜੀ ਹਾਂ ਇੱਕ ਸਾਡਾ ਸਟੇਡੀਅਮ ਹੈ ਉਹਦੇ ਆਲੇ ਦੁਆਲੇ ਬਾਗਲ ਜਾ ਮਾਰਿਆ ਪਿਆ ਬਸ ਉਹ ਅਧੂਰਾ ਹੀ ਪਿਆ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਹੈ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਵਾਲੇ ਪਾਸੇ ਚ ਜਾਣ ਦੀ ਬਜਾਏ ਗਰਾਊਂਡ ਚ ਜਾਣ ਇਸੇ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਸਰਕਾਰਾਂ ਤੋਂ ਮੰਗ ਕਰਾਂਗੇ ਵੀ ਉਹ ਸਾਡੇ ਟੀਚਰ ਪੂਰੇ ਕੀਤੇ ਜਾਣ ਸਾਡੇ ਪਿੰਡ ਦੇ ਵਿੱਚ 14-15 ਬੱਸਾਂ ਆਉਂਦੀਆਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਅਸੀਂ ਉਹਦਾ ਕੈਲਕੂਲੇਸ਼ਨ ਕਰਕੇ ਦੇਖੀਏ ਵੀ ਲਗਭਗ 5 ਲੱਖ ਹਰ ਮਹੀਨੇ 5 ਲੱਖ ਰੁਪਈਆ ਉਹ ਬੱਸਾਂ ਵਾਲਿਆਂ ਕੋਲੇ ਚਲਿਆ ਜਾਂਦਾ ਜਿਹੜਾ ਅਸੀਂ ਜੇ ਇਹਨੂੰ ਸਹੀ ਢੰਗ ਨਾਲ ਮੈਨੇਜ ਕਰ ਲਈਏ
ਤਾਂ ਸਾਡੇ ਬੱਚੇ ਉਹੀ ਜੀ ਪ੍ਰਾਈਵੇਟ ਸਕੂਲਾਂ ਵਰਗੀ ਐਜੂਕੇਸ਼ਨ ਇੱਥੇ ਹੀ ਲੈ ਸਕਦੇ ਨੇ, ਹੁਣ ਬੱਸ ਵਾਲੇ ਪੈਸਿਆਂ ਨਾਲ ਹੀ, ਕੋਈ ਕਿਸੇ ਨੂੰ ਫੀਸਾਂ ਭਰਨ ਦੀ ਲੋੜ ਨਹੀਂ ਹੈ। ਔਰ ਅਸੀਂ ਇਹੋ ਜਿਹੇ ਉਹ ਕਰਨਾ ਚਾਹੁੰਦੇ ਹਾਂ, ਜਿਵੇਂ ਗਰੀਨਰੀ ਦਾ ਮਸਲਾ ਹੈ, ਹੁਣ ਇਸ ਵਾਰ ਟੋਭਿਆਂ ਦੇ ਉੱਤੇ ਸੈਂਟਰ ਦੀ ਸਕੀਮ ਆਈ ਸੀ, ਟੋਭਿਆਂ ਦਾ ਕੰਮ ਹੋਇਆ, ਉਹਨਾਂ ਦੇ ਆਲੇ ਦੁਆਲੇ ਪਾਰਕਾਂ ਵਗੈਰਾ ਦਾ ਕੰਮ ਹੋਵੇ, ਸਾਡੇ ਲੋਕ ਪਾਰਕਾਂ ਵੱਲ ਨੂੰ ਸਿਧਤ ਹੋਣ, ਨਵੇਂ ਉਹ ਕਰਨ, ਅਸੀਂ ਉਹਨਾਂ ਚੀਜ਼ਾਂ ਨੂੰ ਮੰਨ ਕੇ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ। ਔਰ ਇਹ ਸਭ ਤੋਂ ਵਧੀਆ ਗੱਲ ਹੈ ਵੀ ਇਹ ਕਿਸੇ ਪਾਰਟੀਬਾਜ਼ੀ ਨਾਲ ਵਾਲਾ ਉਹ ਨਹੀਂ ਰੱਖਦੇ, ਹਾਂ ਸੰਬੰਧ ਨਹੀਂ ਰੱਖਦੇ। ਤੇ ਵਿੱਚੇ ਵਿੱਚ ਉਂਝ ਤੇ ਦੇਖੋ ਹਰ ਬੰਦੇ ਹੀ ਸਿਆਸੀ ਹੈ, ਕਿਸੇ ਨਾ ਕਿਸੇ ਪਾਰਟੀ ਨੂੰ ਕੋਈ ਵੋਟ ਪਾਉਂਦਾ ਹੀ ਹੈ, ਕਿਉਂਕਿ ਲੋਕਤੰਤਰ ਹੈ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਦੇ। ਪਰ ਇੱਕ ਅੰਨੀ ਸ਼ਰਧਾ ਵਾਲਾ ਹੁੰਦੇ ਨੇ, ਉਹ ਏਦਾਂ ਦਾ ਸਿਸਟਮ ਨਹੀਂ ਹੈ। ਜੱਗਾ ਸਿੰਘ ਜੀ ਦੀ ਇਹ ਖਾਸੀਅਤ ਹੈ ਵੀ ਇਹ ਏਦਾਂ ਦਾ ਨਹੀਂ ਹੈ, ਜਿਸ ਦੇ ਕਰਕੇ ਅਸੀਂ ਇਹਦੇ ਨਾਲ ਜੁੜੇ ਹੋਏ ਹਾਂ, ਇਸੇ ਕਰਕੇ ਅਸੀਂ ਇਹਨਾਂ ਦੀ ਹਮਾਇਤ ਕਰ ਰਹੇ ਹਾਂ।